ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੀਐਮ ਮੋਦੀ ਦੀ ਰੈਲੀ ਤੋਂ ਪੀਐਮ ਮੋਦੀ ਨੇ ਕਿਹਾ यूपी बिहार ते बयान शर्मनाक संत रविदास ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਦਾ અપમાન ਅਬੋਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਸ਼ੁਰੂ ਹੋ ਗਈ ਹੈ ਪੀਐਮ ਮੋਦੀ ਇੱਥੇ ਪਹੁੰਚ ਚੁੱਕੇ ਨੇ ਉਸ ਦਾ ਭਾਸ਼ਣ ਸ਼ੁਰੂ ਹੋ ਗਿਆ ਹੈ ਉਹਨਾਂ ਨੇ ਕਿਹਾ ਜੀ ਪੰਜਾਬ ਦੇ ਵਿੱਚ ਡਬਲ ਇੰਜਨ ਵਾਲੀ ਸਰਕਾਰ ਬਣੇਗੀ ਡਬਲ ਇੰਜਨ ਵਾਲੀ ਸਰਕਾਰ ਦਾ ਮਤਲਬ ਪੰਜਾਬ ਦਾ ਤੇਜ਼ ਵਿਕਾਸ ਹੈ ਪੰਜਾਬ ਦੇ ਵਿੱਚ ਇਸ ਵਾਰ ਭਾਜਪਾ ਤੇ ਆਂਡੀਆ ਦੀ ਸਰਕਾਰ ਬਣੇਗੀ ਸਾਨੂੰ ਇੱਕ ਵਾਰ ਪੂਰੇ 5 ਸਾਲ ਦਾ ਮੌਕਾ ਦਿਓ ਫਿਰ ਦੇਖਿਓ ਕਿਵੇਂ ਵਿਕਾਸ ਹੁੰਦਾ ਅੱਜ ਪੰਜਾਬ ਦੇ ਵਿੱਚ ਮਾਫੀਆ ਦਾ ਰਾਜ ਦੇ ਭਾਜ ਪੈਸ ਨੂੰ ਖਤਮ ਕਰੇਗੀ। ਪ੍ਰਧਾਨ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਸਾਹਮਣੇ ਦਿੱਤੇ ਬਿਆਨ ਦਾ ਮੁੱਦਾ ਉਠਾਇਆ ਉਹਨਾਂ ਨੇ ਕਿਹਾ ਅਜਿਹਾ ਬਿਆਨ ਦੇ ਨਾਲ ਸੰਤ ਰਵਦਾਸ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਦਾ ਅਪਮਾਨ ਹੋਇਆ ਹੈ। ਪੰਜਾਬ ਦਾ ਕੋਈ ਅਜਿਹਾ ਪਿੰਡ ਨਹੀਂ ਜਿੱਥੇ ਬਿਹਾਰ ਉੱਤਰ ਪ੍ਰਦੇਸ਼ ਦੇ ਲੋਕ ਮਿਹਨਤ ਨਾ ਕਰਦੇ ਹੋਣ। ਉਹਨਾਂ ਨੇ ਕਿਹਾ ਕਿ ਜਨ ਅਸ਼ੋਧੀ ਕੇਂਦਰਾਂ ਵਿੱਚ ਸਸਤੀਆਂ ਦਵਾਈਆਂ ਸੀ ਉਪਲਬਧ ਕਰਾਵਾਂਗੇ। ਵਿਕਰਮ ਮਜੀਠੀਆ ਆਮ ਆਦਮੀ ਪਾਰਟੀ ਦੇ ਦਫ਼ਤਰ ਪਹੁੰਚੇ ਆਪ ਆਗੂ ਨੂੰ ਪਾਈ ਗੱਲ ਵਕੜੀ। ਅਮਰਤਸਰ ਪੂਰਬੀ ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਪਹੁੰਚ ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਪਹੁੰਚ ਗਏ ਉਹਨਾਂ ਨੇ ਕੁਨਾਲ ਤਮਨ ਨਾਂ ਦੇ ਆਪ ਆਗੂ ਦੇ ਨਾਲ ਲੰਬੀ ਮੁਲਾਕਾਤ ਕੀਤੀ মিডিਆ ਸਾਹਮਣੇ ਇੱਕ ਦੂਜੇ ਨੂੰ ਜਫੀ ਪਾਈ। ਉਹਨਾਂ ਨੇ ਕਿਹਾ ਜੀ ਉਹ ਇੱਕ ਦੂਜੇ ਦੇ ਪ੍ਰਾਹਨ ਇਸ ਮੁਲਾਕਾਤ ਨੂੰ ਸਿਆਸੀ ਨਾ ਸਮਝਿਆ ਜਾਵੇ ਮਜੀਠੀਆ ਨੇ ਕਿਹਾ ਕਿ ਮੈਂ ਪੂਰੀ ਪੂਰਬੀ ਖੇਤਰ ਦਾ ਪ੍ਰਾਹਮ ਮਜੀਠੀਆ ਨੇ ਪੱਤਰਕਾਰਾਂ ਨਾਲ ਮਜ਼ਾਕੀਆ ਢੰਗ ਚ ਗੱਲਬਾਤ ਕਰਦਾ ਕਿਹਾ ਕਿ ਕੁਨਾਲ ਨੂੰ ਵੀ ਇਲਾਕੇ ਦਾ ਭਲਾ ਚਾਹੁੰਦਾ ਹੈ ਤੇ ਲੰਬੇ ਸਮੇਂ ਤੋਂ ਮੇਰੇ ਨਾਲ ਜੁੜੇ ਹੋਏ ਹਨ ਮਜੀਠੀਆ ਨੇ ਕਿਹਾ ਕਿ ਕੁਨਾਲ ਜੀ ਮੇਰੇ ਬੜੇ ਅਜੀਜ਼ ਅਤੇ ਸਤਿਕਾਰਯੋਗ ਹਨ ਇਸ ਸਮੇ ਕੁਨਾਲ ਨੇ ਕਿਹਾ ਕਿ ਮੇਰੇ ਸਤਿਕਾਰਯੋਗ ਮਜੀਠੀਆ ਜੀ ਮੇਰੇ ਬਹੁਤ ਪੁਰਾਣੇ ਸੱਜਣ ਹਨ ਛੋਟਾ ਜਿਹਾ ਸ਼ਹਿਰ ਹੈ ਤੇ ਛੋਟੀ ਜਿਹੀ ਬਾਗਵਾਨੀ ਇਹ ਮੇਰੇ ਵੱਡੇ ਪੁਰਾਣੇ ਸਾਡਾ ਮਿਲਣਾ ਹੋਇਆ ਅਸੀਂ ਮਿਲੇ ਆ ਪਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਹੀਰਾ ਨੇ ਤੇ ਮੈਂ ਆਮ ਆਦਮੀ ਪਾਰਟੀ ਦਾ ਸੇਵਾਦਾਰ ਹਾਂ ਅਮਰਿੰਦਰ ਨੂੰ ਕਿਉਂ ਹਟਾਇਆ ਗਿਆ ਰਾਹੁਲ ਨੇ ਪਹਿਲੀ ਵਾਰ ਕੀਤਾ ਖੁਲਾਸਾ ਰਾਹੁਲ ਗਾਂਧੀ ਨੇ ਫਤਿਹਗੜ੍ਹ ਸਾਹਿਬ ਤੋਂ ਚੋਣ ਰੈਲੀ ਦੌਰਾਨ ਪਹਿਲੀ ਵਾਰ ਖੁਲਾਸਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਕਿਉਂ ਹਟਾਇਆ ਗਿਆ ਰਾਹੁਲ ਗਾਂਧੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਗਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ ਨਹੀਂ ਕੀਤੇ ਉਹਨਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਉਹਨਾਂ ਨੇ ਕਿ ਇਹ ਕੋਈ ਗਲਤ ਫੈਸਲਾ ਨਹੀਂ ਸੀ ਇਹ ਫੈਸਲਾ ਬਿਲਕੁਲ ਸਹੀ ਲਿਆ ਗਿਆ ਕਿਉਂਕਿ ਜਦੋਂ ਇਹ ਫੈਸਲਾ ਲਿਆ ਗਿਆ ਚਨੀ ਨੂੰ ਕਿਹਾ ਗਿਆ ਤਾਂ ਉਸਨੇ ਤੁਰੰਤ ਇਸ ਨੂੰ ਕਰ ਦਿੱਤਾ ਕਾਂਗਰਸ ਪਾਰਟੀ ਨੇ ਕੇਵਲ ਢਿੱਲੋਂ ਨੂੰ ਕੱਢਿਆ ਬਾਹਰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਟਿਕਟ ਨਾ ਮਿਲਣ ਤੇ ਨਾਰਾਜ਼ ਚੱਲ ਰਹੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਕਾਂਗਰਸ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਕਾਂਗਰਸ ਨੇ ਪੰਜਾਬ ਮਾਮਲੇ ਦੇ ਇੰਚਾਰਜ ਹਰੀਸ਼ ਚੌਧਰੀ ਦੇ ਵੱਲੋਂ ਜਾਰੀ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਤੁਰੰਤ ਪ੍ਰਭਾਵ ਨਾਲ ਕੇਵਲ ਸਿੰਘ ਢਿੱਲੋਂ ਨੂੰ ਕਾਂਗਰਸ ਪਾਰਟੀ ਜੂ ਕੱਢਿਆ ਗਿਆ ਉੱਥੇ ਹੀ ਦੂਜੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਗਿਆ ਕਿ ਕੇਵਲ ਸਿੰਘ ਢਿੱਲੋਂ ਕਿਸੇ ਹੋਰ ਪਾਰਟੀ ਦਾ ਪੱਲਾ ਫੜ ਸਕਦੇ ਨੇ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਭਾਰਤੀਆਂ ਨੂੰ ਹੋਵੇਗਾ ਸਭ ਤੋਂ ਵੱਧ ਫਾਇਦਾ ਵੱਡੀ ਖਬਰ ਹੈ ਦੋਸਤੋ ਪਰ ਉਸ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਕੈਨੇਡਾ ਦੇਸ਼ ਦੇ ਵਿੱਚ ਪ੍ਰਵਾਸੀਆਂ ਨੇ ਆਪਣੇ ਪ੍ਰਸਤਾਵਿਤ ਦਾਖਲੇ ਨੂੰ ਵਧਾ ਦਿੱਤਾ ਜਿਸ ਦਾ ਉਦੇਸ਼ 2024 ਤੋ 4,75,000 ਤੱਕ ਦਾ ਯੋਜਨਾ ਦੇ ਮੁੱਖ ਲਾਭਪਾਤਰੀਆਂ ਵਿੱਚ ਭਾਰਤੀ ਹੋਣਗੇ ਕਿਉਂਕਿ ਉਹ ਕੈਨੇਡਾ ਦੇ ਵਿੱਚ ਪ੍ਰਵਾਸੀਆਂ ਦਾ ਇਕੱਲਾ ਸਭ ਤੋਂ ਵੱਡਾ ਸਰੋਤ ਹਨ। ਨਵੇਂ ਟੀਚਿਆਂ ਦਾ ਐਲਾਨ ਇਮੀਗ੍ਰੇਸ਼ਨ ਸਰਨਾਰਥੀਆਂ ਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜਨ ਦੁਆਰਾ ਕੀਤਾ ਗਿਆ। ਕੈਨੇਡਾ ਦੇ ਵਿੱਚ ਬਹੁਤ ਤੇ ਪ੍ਰਵਾਸੀ ਆਰਥਿਕ ਸ਼੍ਰੇਣੀ ਵਿੱਚ ਹਨ ਜਿਨ੍ਹਾਂ ਵਿੱਚ ਭਾਰਤੀਆਂ ਦੀ ਗਿਣਤੀ ਲਗਭਗ 60% ਹੈ ਕਾਂਗਰਸ ਨੂੰ ਲਗਾਤਾਰ ਇੱਕ ਹੋਰ ਵੱਡਾ ਝਟਕਾ ਮਾਲਵਾ ਜ਼ੋਨ ਦੇ ਐਸ ਸੀ ਸਿਲ ਦੇ ਇੰਚਾਰਜ ਨੇ ਛੱਡੀ ਕਾਂਗਰਸ ਚੋਣ ਦੰਗਲ ਪੂਰੀ ਤਰ੍ਹਾਂ ਭਖਿਆ ਹੋਇਆ ਇਸ ਦੌਰਾਨ ਜਲਾਲਾਬਾਦ ਤੋਂ ਕਾਂਗਰਸ ਨੂੰ ਵੱਡਾ ਝਟਕਾ ਦੰਦਿਆਂ ਕਾਂਗਰਸ SCL ਦੇ ਵੋਇਸ ਪ੍ਰਦਾਤਾ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਮਾਲਵਾ ਜ਼ੋਨ ਦੇ 1 ਅਤੇ 2 ਦੇ ਇੰਚਾਰਜ ਮਲਕੀ ਧੀਰਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ। ਉਹਨਾਂ ਨੇ ਕਿਹਾ ਜੀ ਕਾਂਗਰਸ ਦੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਕਾਂਗਰਸ ਛੱਡਣ ਦਾ ਫੈਸਲਾ ਕੀਤਾ ਹੈ। 20 ਫਰਵਰੀ ਨੂੰ ਵੋਟਰਾਂ ਨੂੰ ਇਹਨਾਂ ਦਸਤਾਵੇਜ਼ਾਂ ਨੂੰ ਨਾਲ ਰੱਖਣਾ ਲਾਜ਼ਮੀ ਹੋਵੇਗਾ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਕੇਵਲ ਵੋਟਰ ਕੇਵਲ ਵੋਟ ਫਾਰ ਸਲਿੱਪ ਤੇ ਵੋਟਰ ਨੇ ਆ ਸਕਦਾ ਉਸਦੇ ਕੋਲੇ شناਖਤੀ ਕਾਰਡ ਹੋਣਾ ਜ਼ਰੂਰੀ ਹੈ। ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਗਰਦਾਸਪੁਰ ਮੁਹੰਮਦ ਸ਼ਫਾਕ ਨੇ ਕਿਹਾ ਕਿ ਇਸ ਵਾਰ ਵਿਧਾਨ ਸਭਾ ਚੋਣਾਂ 2022 ਦੇ ਵਿੱਚ ਵੋਟਰਾਂ ਨੂੰ ਫੋਟੋ ਵੋਟਰ ਸੈਪਲੀ ਤਾਂ ਤੇ ਵੋਟਰ ਫੋਟੋ شناਖਤੀ ਕਾਰਡ ਜਾਰੀ ਕੀਤੇ ਗਏ ਹਨ ਜਿਸ ਦੀ ਵਰਤੋਂ ਉਹ ਵੋਟ ਪਾਉਣ ਦੇ ਲਈ ਕਰ ਸਕਦੇ ਹਨ। ਹਲਕਾ ਸਮਰਾਲਾ ਚੋ ਸਖਤ ਮੁਕਾਬਲੇ ਕਾਰਨ ਦਿਲਚਸਪ ਬਣੇ ਹਾਲਾਤ ਪੂਰੇ ਪੰਜਾਬ ਦੀਆਂ ਟਿਕੀਆਂ ਨਜ਼ਰਾਂ ਹਲਕਾ ਸਮਰਾਲਾ ਦੇ ਵਿਧਾਨ ਸਭਾ ਚੋਣਾਂ ਦੌਰਾਨ ਕੁੱਲ 14 ਉਮੀਦਵਾਰ ਚੋਣ ਲੜ ਰਹੇ ਨੇ ਪਰ ਮੁਕਾਬਲਾ 6 ਉਮੀਦਵਾਰਾਂ ਵਿੱਚ ਦੇਖਣ ਵਾਲਾ ਹੈ ਨਵੇਂ ਗਠਿਤ ਸੰਯੁਕਤ ਸਮਾਜ ਮੋਰਚੇ ਦੇ ਪ੍ਰਵਾਨ ਬਲਵੀਰ ਰਾਜਵਾਲੇ ਸ ਹਲਕੇ ਤੋਂ ਚੋਣ ਲੜਨ ਕਾਰਨ ਸਮੂਹ ਪੰਜਾਬ ਵਾਸੀਆਂ ਦੀਆਂ ਨਜ਼ਰਾਂ ਇਸ ਸੀਟ ਤੇ ਹਨ ਹਲਕਾ ਸਮਰਾਲਾ ਤੋਂ ਇਸ ਵਾਰ ਕਾਂਗਰਸ ਪਾਰਟੀ ਦੇ ਵਿਧਾਇਕ ਅਮਰੀਕ ਢੱਲੋ ਦੀ ਬਜਾਏ ਰਾਜਾ ਗਿੱਲ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਅਮਰੀਕਾ ਨੇ ਜਨਵਰੀ ਦੌਰਾਨ ਕਾਬੂ ਕੀਤੇ 1.54 ਲੱਖ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਮਾਮੂਲੀ ਕਮੀ ਆਈ ਹੈ ਪਰ ਬੇਰੰਗ ਚਿੱਠੀਆਂ ਵਾਂਗੂ ਰਿਪੋਰਟ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਕਈ ਗੁਣਾ ਵਾਧਾ ਦਰਜ ਕੀਤਾ ਗਿਆ ਹੈ ਜਨਵਰੀ ਮਹੀਨੇ ਦੇ ਦੌਰਾਨ ਅਮਰੀਕਾ ਦੇ ਕਸਟਮਰ ਤੇ ਬਾਰਡਰ ਅਧਿਕਾਰੀਆਂ ਨੇ 1.5 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚੋਂ ਆਦਿਆਂ ਨੂੰ ਤਾਂ ਤੁਰੰਤ ਹੀ ਡਿਪੋਰਟ ਕਰ ਦਿੱਤੇ ਗਏ 75455 ਪ੍ਰਵਾਸੀਆਂ ਵਿੱਚੋਂ ਕੁਝ ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ਵਿੱਚ ਭੇਜੇ ਗਏ ਹਨ ਹਲਕਾ ਡੇਰਾ ਬਾਬਾ ਨਾਨਕ ਵਿਖੇ ਪਹੁੰਚਨ ਤੇ ਸੈਂਕੜੇ ਲੋਕਾਂ ਵੱਲੋਂ ਅਰਵਿੰਦ ਕੇਜਰੀਵਾਲ ਦਾ ਕਾਲੀਆਂ ਝੰਡੀਆਂ ਵਖਾ ਕੇ ਰੋਸ ਵਖਾਵਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਦੇ ਹੱਕ ਚ ਰੂਟ ਮਾਰਚ ਲਈ ਪਹੁੰਚੇ ਕੇਜਰੀਵਾਲ ਦਾ ਸੈਂਕੜੇ ਲੋਕਾਂ ਵੱਲੋਂ ਸੜਕਾਂ ਦੇ ਉੱਪਰ ਕਾਲੀਆਂ ਝੰਡੀਆਂ ਨਾਲ ਜ਼ਬਰਦਸਤ ਰੋਸ ਵਿਖਾਵਾ ਕੀਤਾ ਗਿਆ ਇੱਥੇ ਕਤਰ ਹੋਏ ਲੋਕਾਂ ਦਾ ਕਹਿਣਾ ਹੈ ਕਿ ਦਵਿੰਦਰ ਪਾਲ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਸਮੇਤ ਹੋਰ ਕਈ ਸਿੱਖ ਯੋਧੇ ਵੱਖ-ਵੱਖ ਜ਼ਿਲ੍ਹਿਆਂ ਚ ਬੰਦ ਹਨ ਜਿਨ੍ਹਾਂ ਦੀ ਰਿਹਾਈ ਤਰਵਿੰਦ ਕੇਜਰੀਵਾਲ ਦੇ ਦਸਤਕਾਂ ਤੇ ਟਿਕੀ ਹੋਈ ਹੈ ਅੰਮ੍ਰਿਤਸਰ ਜਾ ਰਹੇ ਜਹਾਜ਼ ਦੀ ਦਿੱਲੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਪਛਮੀ ਦਿੱਲੀ ਦੇ ਪਾਲ ਮਿਲਾਕੇ ਚ ਉਸਤੇ ਤੇਂਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਜਾ ਰਹੇ ਜਹਾਜ਼ ਤੇ ਐਮਰਜੈਂਸੀ ਲੈਂਡਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਹਾਜ਼ 에ਅਰ ਵਿਸਤਾਰਾ ਦਾ ਸੀ ਤੇ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਜਹਾਜ਼ ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ ਜਹਾਜ਼ ਦੀਆਂ ਹਾਈਡਰੌਲਿਕ ਬ੍ਰੇਕਾਂ ਦੇ ਵਿੱਚ ਪਏ ਨੁਕਸ ਦੇ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਬਈਏ ਵਾਲੀ ਟਿੱਪਣੀ ਤੇ ਮੁੱਖ ਮੰਤਰੀ ਨੇ ਤੋੜੀ ਚੁੱਪੀ ਦੱਸਿਆ ਕਿਉਂਕਿ ਹੈ ਇਸ ਤਰ੍ਹਾਂ ਉੱਤਰ ਪ੍ਰਦੇਸ਼ ਬਿਹਾਰ ਦੇ ਬਈਏ ਨੂੰ ਪੰਜਾਬ ਵਿੱਚ ਦਾਖਲ ਨਾ ਹੋਣ ਦੇ ਤੇ ਆਪਣੇ ਟਿੱਪਣੀ ਤੇ ਵਿਵਾਦ ਛੇੜਨ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਟਿੱਪਣੀਆਂ ਸਿਰਫ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਲਈ ਹਨ ਜੋ ਸੂਬੇ ਦੇ ਪਿਛਲੇ ਦਰਵਾਜ਼ਿਆਂ ਰਾਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਇਸ ਤੇ ਗਲਤ ਅਰਥ ਕੱਢੇ ਹਨ ਚੋਨਾਚੂ ਅਫੀਮ ਦੀ ਵੱਡੀ ਖੇਪ ਦੇਨ ਜਾ ਰਹੀ ਟਿੱਕੜੀ ਗ੍ਰਿਫਤਾਰ 13 ਕਿਲੋ ਫੀਮ ਅਤੇ ਡਰੱਗ ਮਣੀ ਬਰਾਮਦ ਜਗਰਾਉਂ ਪੁਲ ਦੇ ਕੋਲੇ ਚੂਣ ਦੌਰਾਨ ਇਲਾਕੇ ਦੇ ਵਿੱਚ ਉਸ ਸਮੇਂ ਵੱਡੇ ਪੱਧਰ ਤੇ ਅਫੀਮ ਦੀ ਤਸਕਰੀ ਕਰਦੀ ਟਿੱਕੜੀ ਨੂੰ ਗ੍ਰਿਫਤਾਰ ਕਰਕੇ 13 ਕਿਲੋ ਫੀਮ ਅਤੇ ਡਰੱਗ ਮਣੀ ਬਰਾਮਦ ਕੀਤੀ ਗਈ ਐਸਐਸਪੀ ਪਾਰਟਲ ਕੀਤਨ ਬਾਲੀਰਾਮ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਡੀਐਸਪੀ ਨਾਰੋਪੋਟਿਕਸ ਹਰਸ਼ਪ੍ਰੀਤ ਸਿੰਘ ਤੇ ਡੀਐਸਪੀ ਜਗਰਾਉਂ ਦਲਜੀਤ ਵੀਰਕ ਦੀ ਅਗਵਾਈ ਵਿੱਚ ਐਸਆਈ ਰੇਸ਼ਮ ਸ਼ਰਮਾ ਦੀ ਪੁਲਸ ਪਾਰਟੀ ਨੂੰ ਮਿਲੀ ਖਬਰ ਦੇ ਮੁਤਾਬਕ ਇਸ ਨੂੰ ਕੱਚੇ ਰਸਤੇ ਦੇ ਨਾਕਾਬੰਦੀ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਪ੍ਰਕਾਸ਼ ਸਿੰਘ ਬਾਦਲੇਸ ਉਸ ਉਮਰ ਤੋਂ ਚੋਣ ਲੜਨ ਦਾ ਦੱਸਿਆ ਕਾਰਨ ਰੈਲੀ ਨੂੰ ਸੰਬੋਧਨ ਕਰਦੇ ਚੋਣ ਲੜਨ ਦਾ ਉਹਨਾਂ ਨੇ ਕਿਹਾ ਅੱਜ ਕੋਈ ਇਰਾਦਾ ਨਹੀਂ ਪਰ ਦੋ ਗੱਲਾਂ ਨੇ ਉਹਨਾਂ ਨੂੰ ਚੋਣ ਲੜਨ ਲਈ ਮਜ਼ਬੂਤ ਕਰ ਦਿੱਤਾ ਇੱਕ ਤਾਂ ਪਾਰਟੀ ਦੀ ਕੋਰ ਕਮੇਟੀ ਨੇ ਉਹਨਾਂ ਨੂੰ ਚੋਣ ਲੜਨ ਦਾ ਹੁਕਮ ਦਿੱਤਾ ਤੇ ਪਾਰਟੀ ਦਾ ਹੁਕਮ ਮੰਨ ਕੇ ਚੋਣ ਲੜ ਰਹੇ ਨੇ ਦੂਸਰਾ ਕਾਰਨ ਇਲਾਕੇ ਦੇ ਲੋਕਾਂ ਨੇ 50 ਤੋਂ 60 ਸਾਲਾਂ ਦੇ ਉਮੀਦਵਾਰ ਉਹਨਾਂ ਦਾ ਸਾਥ ਦਿੱਤਾ ਤੇ ਪੰਜ ਵਾਰ ਮੁੱਖ ਮੰਤਰੀ ਬਣਾਇਆ ਚੋਣ ਕਮਿਸ਼ਨ ਵੱਲੋਂ ਆਖਰੀ 72 ਘੰਟਿਆਂ ਸੰਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਜੀ ਡਾਕਟਰ ਰਾਜੂ ਨੇ ਦੱਸਿਆ ਕਿ ਸਮੂਹ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰਾਂ ਨੂੰ ਪੋਲਿੰਗ ਅਮਲੇ ਦੀ ਤੀਸਰੀ ਰੈਡਮਾਈਜੇਸ਼ਨ ਪੋਲਿੰਗ ਪਾਰਟੀ ਬਣਾਉਣ ਸੰਬੰਧੀ ਸਰਟੀਫਿਕੇਟ ਮਾਈਕਰੋਬਜ਼ਰਵਰਾਂ ਦੀ ਤਾਇਨਾਤੀ ਵੀਡੀਓ ਕੈਮਰਾ ਸਟਿਲ ਕੈਮਰੇ ਪੋਲਿੰਗ ਸਟੇਸ਼ਨਾਂ ਤੇ ਵੈਬ ਕਾਸਟਿੰਗ ਲਈ ਲੋਡਿੰਗ ਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਉਹਨਾਂ ਚੋਣਾਂ ਮਲੇ ਸੈਕਟਰ ਅਫਸਰਾਂ ਤੇ ਈਵੀਐਮ ਪ੍ਰਬੰਧਾਂ ਨੂੰ ਸਿਖਲਾਈ ਦੇਣ ਦੀ ਯਕੀਨੀ ਬਣਾਉਣ ਵਾਲੇ ਇਸ ਕੰਮ ਕਰ ਦੋਤੇ ਨੇ ਬੰਦ ਹੋਇਆ ਇੱਕ ਹੋਰ ਬੈਂਕ ਆਰਬੀਆਈ ਨੇ ਲਾਇਸੈਂਸ ਕੀਤਾ ਰੱਦ ਖਾਤਾਧਾਰਕਾਂ ਦਾ ਕੀ ਬਣੇਗਾ ਆਰਬੀਆਈ ਨੇ ਇੱਕ ਹੋਰ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਕੇਂਦਰੀ ਬੈਂਕ ਨੇ ਕਮਜ਼ੋਰ ਵਿੱਤੀ ਸਥਿਤੀ ਦਾ ਹਵਾਲਾ ਦਿੰਦਿਆਂ ਮਹਾਰਾਸ਼ਟਰ ਸਥਿਤ ਮੰਥਾ ਅਰਬਨ ਕੋਆਪਰੇਟਿਵ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ 16 ਫਰਵਰੀ 2022 ਨੂੰ ਬੈਂਕ ਦਾ ਕੰਮਕਾਰ ਖਤਮ ਹੋਣ ਦੇ ਨਾਲ ਇਸ ਦੀ ਬੈਂਕਿੰਗ ਕਾਰੋਬਾਰ ਬੰਦ ਕਰ ਦਿੱਤਾ ਹੈ ਪੰਜਾਬ ਚੋਣਾਂ ਚ ਪ੍ਰਿੰਕਾ ਨੇ ਯੂਪੀ ਬਿਹਾਰ ਵਾਲੇ ਬਿਆਨ ਤੇ ਸੀਐਮ ਚੰਨੀ ਦਾ ਕੀਤਾ ਵਿਜਾ ਕਾਂਗਰਸ ਦੀ ਜਨਰਲ ਸਖਤਰ ਪ੍ਰਿੰਕਾ ਗਾਂਧੀ ਵਾਟਰਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵਿਵਾਦਿਤ ਬਿਆਨ ਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਚੰਨੀ ਜੀ ਕਹਿ ਰਹੇ ਨੇ ਕਿ ਪੰਜਾਬ ਦੀ ਸਰਕਾਰ ਪੰਜਾਬੀਆਂ ਦੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਉਹ ਬੋਲੇ ਹਨ ਉਹ ਸਿਰਫ ਤੋੜਿਆ ਮਰੂੜਿਆ ਗਿਆ ਹੈ ਮੈਨੂੰ ਨਹੀਂ ਲੱਗਦਾ ਕਿ ਯੂਪੀ ਤੋਂ ਕੋਈ ਇੱਥੇ ਆ ਕੇ ਰਾਜ ਕਰਨਾ ਚਾਹੁੰਦਾ ਹੈ ਤੇ ਯੂਪੀ ਵਿੱਚ ਮੈਂ ਵੀ ਨਹੀਂ ਚਾਹੁੰਦੀ ਕਿ ਕੋਈ ਪੰਜਾਬ ਤੋਂ ਆ ਕੇ ਉੱਥੇ ਰਾਜ ਕਰੇ ਪ੍ਰੇਂਕਾ ਗਾਂਧੀ ਦੀ ਇਹ ਗੱਲ ਲੁਧਿਆਣਾ ਵਿੱਚ ਨਿਊਜ਼ ਏਜੰਸੀ ਨੂੰ ਦਿੱਤੇ ਇੱਕ ਇੰਟਰਵਿਊ ਚ ਕਈ ਵਿਧਾਨ ਸਭਾ ਚੋਣਾਂ ਦੇ ਲਈ ਲੋਕ ਸਭਾ ਚੋਣਾਂ ਅ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਇੰਨਾ ਵਿਰੋਧੀਆਂ ਦਾ ਕੰਮ ਕੋਈ ਵੀ ਤੋਰ ਮੋੜੂਰਨਾ ਪਰ ਉਹਨਾਂ ਦੇ ਨਾਲ ਪੂਰਾ ਮੀਡੀਆ ਤੁਸੀਂ ਉਹ ਲੋਕ ਉਹਨਾਂ ਦੇ ਨਾਲ ਹੋ ਇਹ ਲੋਕ ਕਿਸੇ ਵੀ ਚੀਜ਼ ਨੂੰ ਟਵਿਸਟ ਕਰ ਦਿੰਦੇ ਹਨ ਵੋਟਾਂ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਦਾ ਪੰਜਾਬ ਵਾਸੀਆਂ ਨੂੰ ਸੁਨੇਹਾ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਦੇ ਨਾਮ ਸੰਦੇਸ਼ ਜਾਰੀ ਕੀਤਾ ਗਿਆ ਉਹਨਾਂ ਨੇ ਪੰਜਾਬ ਚ ਕਾਂਗਰਸ ਨੂੰ ਬਹੁਤ ਮਤ ਦੇਣ ਦੀ ਅਪੀਲ ਕੀਤੀ ਹੈ ਪੰਜਾਬ ਵਾਸੀਆਂ ਨੂੰ ਆਪਣੇ ਸੰਦੇਸ਼ ਪੱਤਰ ਜਾਰੀ ਕਰਦਿਆ ਕਿ ਅੱਜ ਦੇਸ਼ ਅਤੇ ਸੂਬਾ ਇੱਕ ਨਾਜ਼ੁਕ ਮੂਡ ਤੇ ਖੜਾ ਹੈ ਮੇਰੀ ਬਹੁਤ ਇੱਛਾ ਸੀ ਕਿ ਮੈਂ ਤੁਹਾਡੇ ਵਿੱਚ ਆ ਕੇ ਅੱਜ ਦੇ ਹਾਲਾਤਾਂ ਤੇ ਚਰਚਾ ਕਰਾਂ ਪਰ ਮੌਜੂਦਾ ਸਥਿਤੀ ਵਿੱਚ ਡਾਕਟਰਾਂ ਦੀ رائے ਨੂੰ ਦੇਖਦੇ ਹੋਏ ਮੈਂ ਇਸ ਵੀਡੀਓ ਸੰਦੇਸ਼ ਰਾਹੀਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਆਪਣੀਆਂ ਹੀ ਗਲਤੀਆਂ ਤੋਂ ਭੱਜ ਰਿਹਾ ਕੇਂਦਰ ਸਰਕਾਰ ਬੋਲਣ ਤੋਂ ਵੱਧ ਕੰਮ ਨੂੰ ਤਰਜੀਹ ਮੈਂ ਸਪਸ਼ਟ ਮੰਨਦਾ ਕਿ ਪ੍ਰਧਾਨ ਮੰਤਰੀ ਅਹੁਦੇ ਤੇ ਹੁੰਦੇ ਆਪਣੀ ਸ਼ਾਨ ਅਤੇ ਇਤਿਹਾਸ ਨੂੰ ਦੋਸ਼ ਦੇਣ ਦਾ ਕੋਈ ਵਿਅਕਤੀ ਆਪਣੇ ਪਾਪਾਂ ਨੂੰ ਘਟ ਨਹੀਂ ਕਰ ਸਕਦਾ ਉਹਨਾਂ ਨੇ ਕਿਹਾ ਜੀ ਮੈਂ ਖੁਦ ਜ਼ਿਆਦਾ ਬੋਲਣ ਦੀ ਬਜਾਏ ਆਪਣੇ ਕੰਮ ਨੂੰ ਜ਼ਿਆਦਾ ਤਰਜੀਹ ਦਿੰਦਾ ਸੀ ਲੋਕਪਾਲ ਦੇ ਨਾਂ ਤੇ ਝੂٹے ਦੋਸ਼ ਨੇ ਸੁਰੱਖਿਆ ਦੇ ਨਾਂ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਪੰਜਾਬੀਆਂ ਦੀ ਦੇਸ਼ ਭਗਤੀ ਨੂੰ ਸੰਸਾਰ ਸਲਾਮ ਕਰਦਾ ਹੈ ਦੁਨੀਆ ਸਲਾਮ ਕਰਦੀ ਹੈ ਮੌਜੂਦਾ ਕੇਂਦਰ ਸਰਕਾਰ ਨੂੰ ਆਰਥਿਕਤਾ ਦੀ ਬਿਲਕੁਲ ਵੀ ਸਮਝ ਨਹੀਂ ਹੈ ਉਹ ਗਲਤ ਆਰਥਿਕ ਨੀਤੀਆਂ ਦੇ ਕਾਰਨ ਦੇਸ਼ ਆਰਥਿਕ ਸੰਕਟ ਦੀ ਲਪੇਟ ਵਿੱਚ ਆ ਚੁੱਕਾ ਹੈ ਕਿਸਾਨ ਵਪਾਰੀ ਵਿਦਿਆਰਥੀ ਔਰਤਾਂ ਸਭ ਪਰੇਸ਼ਾਨ ਨੇ ਸਰਕਾਰ ਦੀ ਨੀਤੀ ਅਤੇ ਨiyet ਦੋਵਾਂ ਦੇ ਵਿੱਚ ਨੁਕਸ ਹੈ ਸਰਕਾਰ ਵਿਦੇਸ਼ੀ ਨੀਤੀ ਦੇ ਮੋਰਚ ਤੇ ਵੀ ਪੂਰੀ ਤਰ੍ਹਾਂ ਫੇਲ ਹੈ ਤੇ ਪੰਜਾਬ ਕੋਈ ਪ੍ਰਯੋਗਸ਼ਾਲਾ ਨਹੀਂ ਵੋਟਾ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਹਦਾਇਤਾਂ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ। 18 ਫਰਵਰੀ ਸ਼ਾਮ 6 ਵਜੇ ਤੋਂ ਸਮਾਪਤ ਹੋਣ ਉਪਰੰਤ ਆਦਰਸ਼ ਚੋਣ ਜਾਬਤੇ ਅਧੀਨ ਲਾਗੂ ਕੀਤੀਆਂ ਜਾਣ ਵਾਲੀਆਂ ਪਾਬੰਦੀਆਂ ਬਾਰੇ ਹਦਾਇਤਾਂ ਅੱਜ ਰਾਜ ਦੇ ਸਮੂਹ ਜ਼ਿਲ੍ਹਾ ਚੋਣ ਅਫਸਰਾਂ ਨੂੰ ਜਾਰੀ ਕਰ ਦਿੱਤੀਆਂ ਨੇ ਪੰਜਾਬ ਰਾਜ ਵਿੱਚ 20 ਫਰਵਰੀ 2022 ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣੀਆਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਡਾਕਟਰ ਐਸ ਕਰਨਾ ਰਾਜੂ ਨੇ ਦੱਸਿਆ ਕਿ ਚੋਣ ਪ੍ਰਚਾਰ ਦੀ ਤੈਅ ਸੀਮਾ ਜੋ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਅਨੁਸਾਰ ਤੈਅ ਕੀਤੀ ਗਈ ਆ ਇਸ ਅਨੁਸਾਰ ਵੋਟਾਂ ਪੈਣ ਦਾ ਕਾਰਜ ਮੁਕੰਮਲ ਹੋਣ ਦਾ ਸਮਾਂ ਤਾਂ 48 ਘੰਟੇ ਤੋਂ ਪਹਿਲਾਂ ਚੋਣ ਪ੍ਰਚਾਰ ਬੰਦ ਕਰ ਦੇਣਾ ਚਾਹੀਦਾ ਹੈ ਚੰਨੀ ਦੇ ਬਿਆਨ ਤੇ ਪਲਟਵਾਰ ਦੀ ਤਿਆਰ ਮਨੋਜ ਤਵਾੜੀ ਦਾ ਕਾਨਪੂਰ ਦੌਰਾ ਰੱਦ ਕਰਕੇ ਪਹੁੰਚੇ ਪੰਜਾਬ ਕਾਨਪੁਰ ਤੋਂ ਤੀਜੇ ਪੜਾਅ ਦੀ VOTING ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਆਪਣੀ ਟਾਕ ਲਾ ਦਿੱਤੀ ਹੈ ਵੀਰਵਾਰ ਨੂੰ ਕਾਨਪੁਰ ਚ ਕੇਂਦਰੀ ਮੰਤਰੀ ਸਮਰਤੀ ਰਾਨੀ, ਅਨੁਪ੍ਰਿਆ ਪਟੇਲ ਅਤੇ ਸੰਸਦ ਮੈਂਬਰ ਮਨੂਜ ਤਵਾੜੀ ਦੇ ਪ੍ਰੋਗਰਾਮ ਲੱਗੇ ਹੋਏ ਸਨ। ਸਾਬਕਾ ਜ਼ਿਲ੍ਹਾ ਪ੍ਰਧਾਨਾਂ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਕੀਤੇ ਵੱਡੇ ਖਲਾਸੇ ਕਿਹਾ ਪੈਸੇ ਲੈ ਕੇ ਟਿਕਟਾਂ ਵੇਚੀਆਂ। ਆਮ ਆਦਮੀ ਪਾਰਟੀ ਦੇ ਆਗੂ ਕੈਪਟਨ ਰਮਨਦੀਪ ਸਿੰਘ ਬਾਵਾ ਦੇ ਗੁਰਤੇਜ ਪੰਨੂ ਨੇ ਪ੍ਰੈਸ ਕਲੱਬ ਵਿੱਚ ਪ੍ਰੈਸ ਵਾਰਤਾ ਦਿੱਤੀ ਇਸ ਮੌਕੇ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਵਰਕਰਾਂ ਨੂੰ ਜੋ ਬਲੈਕ ਕੀਤਾ ਜਾਂਦਾ ਹੈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਇਸ ਬਾਰੇ ਕੁਝ ਪੰਜਾਬ ਦੇ ਲੋਕਾਂ ਸਾਹਮਣੇ ਰੱਖਿਓ ਇਸ ਮੌਕੇ ਗਰਤੇਜ ਸਿੰਘ ਪੰਨੂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਇਆ ਹੈ ਇਸ ਮੌਕੇ ਕੈਪਟਨ ਰਮਨਦੀਪ ਸਿੰਘ ਨੇ ਆਮ ਆਦਮੀ ਪਾਰਟੀ ਬਾਰੇ ਵੱਡੇ ਬਿਆਨ ਦਿੱਤੇ ਰਮਨਦੀਪ ਸਿੰਘ ਬਾਬਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਨਗਰ ਨਗਮ ਚ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਰ ਦੇ ਕੌਂਸਲਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ ਕਾਂਗਰਸ ਪਾਰਟੀ ਵਿੱਚੋਂ ਕੱਢੇ ਜਾਣ ਦੇ ਬੋਲੇ ਕੇਵਲ ਢਿੱਲੋ ਦਿੱਤਾ ਵੱਡਾ ਬਿਆਨ ਇੱਕ ਵੀਡੀਓ ਕਲਿੱਪ ਜਾਰੀ ਕਰਕੇ ਗੱਲ ਆਖੀ ਹੈ ਕਿ ਪਾਰਟੀ ਵੱਲੋਂ ਨਕਰਾਬ ਕੋਈ ਕਾਰਵਾਈ ਹੋਣ ਦੀ ਖਬਰ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਮਿਲੀ ਹੈ ਪਰ ਪਾਰਟੀ ਵੱਲੋਂ ਉਹਨਾਂ ਨੂੰ ਕੋਈ ਵੀ ਨਿਧਾਰਤ ਪੱਤਰ ਜਾਂ ਨੋਟਿਸ ਨਹੀਂ ਆਇਆ ਬਸ ਹੀ ਪਠਾਨਾ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਚ ਚੋਣ ਪ੍ਰਚਾਰ ਕਰਨ ਪਹੁੰਚੇ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਪਰਮਟ ਕੇਬਲ ਟੀਵੀ 200 ਰੁਪਏ ਅਤੇ ਰੇਤਾ ਸਸਤਾ ਕਰਨ ਦਾ ਵਾਅਦਾ ਕੀਤਾ ਨਵਜੋਤ ਸਿੰਘ ਸਿੱਧੂ ਕੇਜਰੀਵਾਲ ਸੁਖਬੀਰ ਅਤੇ ਕੈਪਟਨ ਦੀਆਂ ਧੀਆਂ ਚੋਣ ਪ੍ਰਚਾਰ ਦੇ ਵਿੱਚ ਕੁੱਦੀਆਂ ਨੇ ਤੇ ਪਿਤਾ ਦੇ ਲਈ ਵੋਟਾਂ ਮੰਗ ਰਹੀਆਂ ਨੇ ਸੱਤਾ ਦੇ ਲਈ ਨਾਮ ਵਰਤ ਕੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿਵਾ ਸਕੇ ਆਗੂ ਚੰਡੀਗੜ੍ਹ ਰੋਡ ਤੇ ਵਸਦੇ ਨਵਾਂ ਸ਼ਹਿਰ ਦੇ ਪਿੰਡ ਖਟਕੜ ਕਲਾਂ ਜਿਸ ਨੂੰ ਪੂਰੀ ਦੁਨੀਆ ਤੇ ਪੰਜਾਬੀ ਅਤੇ ਦੇਸ਼ ਵਾਸੀ ਸ਼ਹੀਦ ਭਗਤ ਸਿੰਘ ਦਾ ਜਦ ਹੀ ਪਿੰਡ ਬਦੋ ਜਾਣਦੇ ਨੇ ਇਸ ਪਿੰਡ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀਆਂ ਯਾਦਾਂ ਅੱਜ ਵੀ ਸਾਂਭੀਆਂ ਰੱਖੀਆਂ ਨੇ ਨਹੀਂ ਤਾਂ ਪੰਜਾਬ ਸਰਕਾਰ ਵੱਲੋਂ ਇਸ ਪਿੰਡ ਦੇ ਬਾਹਰ ਹਾਈਵੇ ਤੇ ਸ਼ਹੀਦ ਭਗਤ ਸਿੰਘ ਦੇ ਨਾਮ ਦਾ ਇੱਕ ਮਿਊਜ਼ੀਅਮ ਵੀ ਬਣਾਇਆ ਗਿਆ ਜਿਸ ਵਿੱਚ ਉਸ ਦੇ ਨਾਲ ਜੁੜੀਆਂ ਯਾਦਾਂ ਦੇ ਘਟਨਾਵਾਂ ਨੂੰ ਪੂਰੀ ਤਰ੍ਹਾਂ ਰੱਖੇ ਗਏ ਨੇ ਪਰ ਆਜ਼ਾਦੀ ਦੇ ਪ੍ਰਵਾਹ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਵੀ ਕਿ ਉਹਨਾਂ ਦੇ ਅਧਿਕਾਰ ਪੰਜਾਬ ਸਰਕਾਰ ਵੱਲੋਂ ਬਣਾਏ ਮਿਊਜ਼ੀਅਮ ਨੂੰ ਦੂਰ ਦਰਾਡੇੋਂ ਲੋਕ ਵੇਖਣਾ ਆਉਂਦੇ ਨੇ ਇਸ ਦੇ ਬਾਵਜੂਦ ਵੀ ਸਰਕਾਰ ਨੂੰ ਲਾਂਤਾ ਪਾ ਰਹੇ ਹਨ ਮੋਕਮੰਤਰੀ ਜਰਨਜੀਤ ਚਾਨੇ ਵਿਧਾਨ ਸਭਾ ਹਲਕਾ ਟਾਰੀ ਪਹੁੰਚੇ ਉਮੀਦਵਾਰ ਅਤਰਸੇਮ ਸਿੰਘ ਸਿਆਲਕਾ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਹੈਲੀਕਾਪਟਰ ਦੇ ਰਾਹੀਂ ਅੱਜ ਟਾਰੀ ਪਹੁੰਚੇ ਉਹਨਾਂ ਨੇ ਦਾਣਾ ਮੰਡੀ ਟਾਰੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਕੇ ਜਨਤਾ ਨੂੰ ਖਾਸ ਅਪੀਲ ਕੀਤੀ ਹੈ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਤੇ ਟਾਰੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤਰਸੇਮ ਸਿੰਘ ਸਿਆਲਕਾ ਨੂੰ ਜਿਤਾਉਣ ਦੀ ਲੋੜ ਹੈ ਵਾਲਮੀਕ ਅਤੇ ਮੱਜਬੀ ਸਿੱਖ ਸਮਾਜ ਵੱਲੋਂ ਸ਼੍ਰੋਮਣੀ ਕਾਲੀ ਦਲ ਅਤੇ ਬਸਪਾ ਗੱਠ ਜੋੜ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਭਗਵਾਨ ਵਾਲਮੀਕ ਆਸ਼ਰਮ ਸ੍ਰੀ ਅੰਮ੍ਰਿਤਸਰ ਵਿਖੇ ਮੁੱਖ ਸੇਵਾਦਾਰ ਨਛੱਤਰ ਨਾਥ ਸ਼ੇਰਗਿੱਲ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਬਾਦਲ ਦੀ ਮੁਲਾਕਾਤ ਤੋਂ ਬਾਅਦ ਕੀਤਾ ਗਿਆ। ਨਵਦੇਉਤਸਵੂ ਦੇ ਮਜੀਠੀਆਂ ਨਾਲ ਚੱਲ ਰਹੇ ਕਾਮ ਆਸਨ ਨੂੰ ਦਸਿਆ ਕੌਰ ਅਤੇ ਪਾਂਡਵਾਂ ਦੀ ਲੜਾਈ ਮੰਗੀ ਮਾਫੀ ਨਵਜੋਤ ਸਿੱਧੂ ਨੇ ਆਪਣੇ ਹਲਕੇ ਵਿੱਚ ਨਾ ਆਨ ਕਰਕੇ ਹਲਕਾ ਵਾਸੀਆਂ ਤੋਂ ਮਾਫੀ ਮੰਗੀ ਹੈ ਹਲਕੇ ਵਿੱਚ ਕੀਤਾ ਗਿਆ ਲੈਡ ਲਾਈਨ ਨੰਬਰ ਜਾਰੀ ਹੈ ਲੋ ਮਲਏ ਦੇ ਨਾਮ ਤੋਂ ਸ਼ੁਰੂ ਕੀਤੀ ਸ਼ੁਰੂਆਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਦੇ ਵਿੱਚ ਸਿਆਸਤ ਸਿਖਰਾਂ ਤੇ ਪਹੁੰਚਦੀ ਦਿਖਾਈ ਦੇ ਰਹੀ ਹੈ ਲਖੀਮਪੁਰ ਦੇ ਕਿਸਾਨਾਂ ਨੂੰ ਕੁਚਲਣ ਦਾ ਮਾਮਲਾ ਮੰਤਰੀ ਦੇ ਮੁੰਡੇ ਦੀ ਜ਼ਮਾਨਤ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਸੁਪਰੀਮ ਕੋਰਟ ਤੋਂ ਦੋਤੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਨੂੰ ਰੱਦ ਕਰਨ ਅਤੇ ਲਾਹੌਰਬਾਦ ਹਾਈ ਕੋਰਟ ਦੇ ਜ਼ਮਾਨਤ ਦੇ ਫੈਸਲੇ ਦੇਨ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ ਲਗਭਗ 4 ਮਹੀਨੇ ਤੱਕ ਜੇਲ੍ਹ ਵਿੱਚ ਬੰਦ ਰਿਹਾ ਆਸ਼ੀਸ਼ ਮਿਸ਼ਰਾ ਨੂੰ ਹਾਲੀ ਦੇ ਵਿੱਚ ਜ਼ਮਾਨਤ ਤੇ ਰਿਹਾ ਕੀਤਾ ਗਿਆ ਭਾਰਤ ਪੂਸ਼ਨ ਸ਼ਰਮਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਸੋ ਭਾਰਤ ਪੂਸ਼ਨ ਸ਼ਰਮਾ ਸਾਬਕਾ ਬਲਾਰੇ ਕਾਂਗਰਸ ਪ੍ਰਦੇਸ਼ ਕਾਂਗਰਸ ਮਨੀਸ਼ ਸਸੋਦੀਆ ਦੀ ਗਵਾਹੀ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਸੋ ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਉਸ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਕਮਰਜੀ ਤਰਿੰਟੂ ਮੇਰ ਅਮਰitsar ਤੇ ਕਮਰਬਿਜੇ ਪ੍ਰਤਾਪ ਸਿੰਘ ਉਮੀਦਵਾਰ ਉੱਤਰੀ ਵਿਧਾਨ ਸਭਾ ਨੇ ਉਹਨਾਂ ਦਾ ਸਵਾਗਤ ਕੀਤਾ ਨਵਾਂ ਤੇ ਬੇਦਾਗ ਚਿਹਰਾ ਹੋਣ ਦਾ ਫਾਇਦਾ ਮਿਲਦਾ ਦਿਖ ਰਿਹਾ ਹੈ ਕਾਂਗਰਸੀ ਉਮੀਦਵਾਰ ਅਜੀਪਾਲ ਸਿੰਘ ਸੰਧੂ ਨੂੰ ਅਜੀਪਾਲ ਦੀ ਜਿੱਤ ਨੂੰ ਲੈ ਕੇ ਕੋਟਪੂਰਾ ਕਾਂਗਰਸ ਦੇਖ ਰਹੀ ਇੱਕਜੁੱਟ ਸ਼ਹਿਰ ਦੀਆਂ ਲਗਭਗ ਸਾਰੀਆਂ ਮੰੰਦਰ ਕਮੇਟੀਆਂ ਨੇ ਅਜੀਪਾਲ ਸੰਧੂ ਨੂੰ ਕਰ ਚੁੱਕੀਆਂ ਨੇ ਸਨਮਾਨਤ ਸੀਐਮ ਚੰਨੀ ਦੇ ਹੱਕ ਚੂ ਸਿੱਧੂ ਦੇ ਹੱਕ ਚੂ ਕੀਤਾ ਚੋਣ ਪ੍ਰਚਾਰ ਫੁੱਲਾਂ ਦੀ ਵਰਕਾ ਦੇ ਨਾਲ ਕੀਤਾ ਗਿਆ ਸਵਾਗਤ ਚੰਨੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ ਦੋਵੇਂ ਇੱਕੋ ਕਾਰ ਦੇ ਵਿੱਚ ਸਵਾਰ ਹੋ ਕੇ ਰੋਡ ਸ਼ੋਅ ਕਰਦੇ ਨਜ਼ਰਾ ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਮੂੜ ਤੋਂ ਸਰਕਾਰ ਬਣਾਉਣ ਜਾ ਰਹੀ ਹੈ ਚੋਣ ਪ੍ਰਚਾਰ ਦੌਰਾਨ ਪ੍ਰਿੰਕਾ ਗਾਂਧੀ ਤੇ ਪੀਐਮ ਤੇ ਕੇਜਰੀਵਾਲ ਤੇ ਕੀਤੇ ਸ਼ਬਦੀ ਵਾਰ ਅਸ ਦਿਨ ਵਾਲੀ ਉਹਨਾਂ ਨੇ ਪੰਜਾਬ ਲਈ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਦਿੱਤੀਆਂ ਗਈਆਂ ਸਹੂਲਤਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਰਾਹੁਲ ਦਾ ਪੀਐਮ ਮੋਦੀ ਤੇ ਹਮਲਾ ਬੋਲੇ ਮੈਂ ਝੂਠ ਦੀ ਸਿਆਸਤ ਨਹੀਂ ਕਰਦਾ 15 ਲੱਖ ਖਾਤਿਆਂ ਦੇ ਵਿੱਚ ਪਾ ਦੇਵਾਂਗਾ। ਪ੍ਰਧਾਨ ਮੰਤਰੀ ਮੋਦੀ ਹੁਣ ਆਪਣੇ ਪਾਸ ਵਿੱਚ ਵਿਰੁਜਗਾਰ ਬਾਰੇ ਗੱਲ ਨਹੀਂ ਕਰਦੇ ਤੇ ਨਾ ਹੀ 15 ਲੱਖ ਰੁਪਏ ਬੈਂਕ ਖਾਤਿਆਂ ਦੇ ਵਿੱਚ ਪਾਉਣ ਦੀ ਗੱਲ ਕਰਦੇ ਹਨ। ਉਨ੍ਹਾਂ ਨੂੰ ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਤੇ ਤਿੱਖੇ ਹਮਲੇ ਕੀਤੇ ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਮੋਦੀ ਜੀ ਨੇ ਦੇਸ਼ ਦੇ ਵਿੱਚੋਂ ਕਰੋਨਾ ਆ ਗਿਆ ਤਾੜੀਆਂ ਵਜਾਓ ਪਿੱਛੋਂ ਕਹਿੰਦੇ ਹਨ ਮੋਬਾਈਲ ਫੋਨਾਂ ਦੀਆਂ ਲਾਈਟਾਂ ਜਗਾਓ ਕਦੀ ਕਹਿੰਦੇ ਭਾਂਡੇ ਖੜਕਾਓ ਇਹ ਸਿਰਫ ਭਾਰਤ ਦੇ ਵਿੱਚ ਹੋ ਰਿਹਾ ਪਰੰਤੂ ਕਿਸੇ ਵੀ ਦੇਸ਼ ਦਾ ਆਗੂ ਨੇ ਤਾਲੀ ਅਤੇ ਥਾਲੀ ਨਹੀਂ ਵਜਾਈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਸ਼ਾਂਤੀ ਤੇ ਰੱਖਿਆ ਦੀ ਜ਼ਰੂਰਤ ਹੈ 2014 ਦੇ ਵਿੱਚ ਤੋਂ ਚੋਣਾ ਤੁਹਾਨੂੰ ਯਾਦ ਹੋਣਗੇ ਉਹਨਾਂ ਨੇ ਕਿਹਾ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦਵਾਂਗਾ ਹਰ ਵਿਅਕਤੀ ਦੇ ਖਾਤੇ 'ਚ 15 ਲੱਖ ਪਾਵਾਂਗਾ ਪਰ ਕੱਖ ਨਹੀਂ ਕੀਤਾ ਅੰਮ੍ਰਿਤਸਰ ਤਰਨਤਾਰਨ ਡੀਐਮਯੂ ਪਟੜੀ ਤੋਂ ਉਤਰੀ ਸਵਾਰੀਆਂ ਸੁਰੱਖਤ اسلامਾਬਾਦ ਲੱਕੇ 'ਚੋਂ ਅੰਮ੍ਰਿਤਸਰ ਤਰਨਤਾਰਨ ਡੀਐਮਯੂ ਪਟੜੀ ਤੋਂ ਹੇਠਾ ਉਤਰ ਗਿਆ ਲੇਕਿਨ ਰਾਹਤ ਦੀ ਗੱਲ ਹੈ ਕਿ ਰੇਲਗੱਡੀ ਵਿੱਚ ਸਾਰੀਆਂ ਸਵਾਰੀਆਂ ਸੁਰੱਖਤ ਹਨ ਇਸ ਘਟਨਾ ਬਾਰੇ ਜਾਣਕਾਰੀ ਮਿਲਦੇ ਹੀ ਰੇਲਵੇ ਦੇ ਉੱਚ ਅਧਿਕਾਰੀ ਮੌਕੇ ਤੇ